ਗੁੱਡ ਮਾਰਨਿੰਗ ਸਟੂਡੈਂਟ ਅੱਜ ਅਸੀਂ ਕਰਨਾ ਆਪਣੇ ਲੈਸਨ 5th ਦਾ ਪ੍ਰਸ਼ਨ ਉੱਤਰ ਕਰਨੇ ਬੇਟਾ ਜੀ ਇਹ ਬਹੁਤ ਹੀ ਲੰਬੀ ਹਿੱਤ ਹੈ ਥੋੜੇ ਜਿਹੀ ਲੰਬੀ ਹੈ ਤੇ ਉਹਦੇ ਵਿੱਚ ਜਿਹੜੀ ਲੈਂਗੁਏਜ ਹੈ ਥੋੜੀ ਟਫ ਹੈ ਬੇਟਾ ਮੈਂ ਤੁਹਾਨੂੰ ਇਹ ਇਜ਼ੀ ਜਿਹੜਾ ਉਹ ਕਰਵਾ ਰਹੀ ਹਾਂ ਜਿਸ ਤਰ੍ਹਾਂ ਕਿ ਸਾਡਾ ਪਹਿਲਾ ਕੁਐਸਚਨ ਬੰਦਾ ਹੈ ਮਨੂ ਪੰਜਾਬ ਦੇ ਲੋਕ ਕਿੱਤੇ ਤੇ ਲੋਕ ਕਲਾਵਾਂ ਪਾਠ ਦੇ ਆਧਾਰ ਤੇ ਦੱਸੋ ਕਿ ਲੋਕ ਕਿੱਤਿਆਂ ਦੇ ਵੱਖ-ਵੱਖ ਨਾਂ ਕਿਵੇਂ ਪ੍ਰਚਲਿਤ ਹੋਏ ਤੇ ਅਸੀਂ ਆਨਸਰ ਦਵਾਂਗੇ ਦਾ ਮਨੁੱਖ ਦੇ ਸਾਹਮਣੇ ਸਭ ਤੋਂ ਪਹਿਲਾਂ ਲੋੜ ਪੈਦਾ ਹੋਈ ਤੇ ਇਹਨਾਂ ਲੋੜਾਂ ਨੂੰ ਪੂਰਾ ਕਰਨ ਲਈ ਉਹਨਾਂ ਨੇ ਸਾਂਝੇ ਯਤਨ ਕੀਤੇ ਜਦੋਂ ਮਨੁੱਖ ਜੰਗਲਾਂ ਤੇ ਝੌਂਪੜੀਆਂ ਦੀ ਥਾਂ ਪੱਕੇ ਘਰਾਂ ਪਿੰਡਾਂ ਤੇ ਨਗਰਾਂ ਦਾ ਨਿਰਮਾਣ ਕਰਨ ਲੱਗਾ ਤੇ ਉਹਨਾਂ ਦੀਆਂ ਲੋੜਾਂ ਅਨੁਸਾਰ ਕੰਮ ਵਿੱਚ ਵਾਧਾ ਹੋਇਆ ਠੀਕ ਹੈ ਵਾਧਾ ਹੋਣ ਦੇ ਨਾਲ ਕੰਮਾਂ ਨੂੰ ਵੰਡਣ ਦੀ ਜ਼ਰੂਰਤ ਪੈ ਗਈ ਜਦੋਂ ਕੋਈ ਕਾਮਾ ਸ਼੍ਰੇਣੀ ਕਿਸੇ ਇੱਕ ਕੰਮ ਨੂੰ ਲੰਬੇ ਸਮੇਂ ਲਗਾਤਾਰ ਕਰਦੀ ਰਹੀ ਤਾਂ ਉਹ ਸ਼੍ਰੇਣੀ ਨੂੰ ਉਸ ਦੇ ਕਿੱਤੇ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਜਿਵੇਂ ਲੱਕੜੀ ਦਾ ਕੰਮ ਕਰਨ ਵਾਲੇ ਨੂੰ ਤਰਖਾਨ ਲੋਹੇ ਦਾ ਕੰਮ ਕਰਨ ਵਾਲੇ ਨੂੰ ਲਹਾਰ ਤੇ ਸੋਨੇ ਦਾ ਕੰਮ ਕਰਨ ਵਾਲੇ ਨੂੰ ਸੁਨਿਆਰ ਕਿਹਾ ਜਾਂਦਾ ਹੈ ਇਸ ਤਰ੍ਹਾਂ ਕਈ ਕਿੱਤਿਆਂ ਦੇ ਵੱਖ-ਵੱਖ ਨਾਂ ਜਿਹੜੇ ਨੇ ਪ੍ਰਚਲਿਤ ਹੋਏ ਠੀਕ ਹੈ ਬੇਟਾ ਸਾਡਾ ਦੂਜਾ ਕੁਐਸਚਨ ਹੈ ਪੰਜਾਬ ਦੇ ਲੋਕ ਕਿੱਤੇ ਤੇ ਲੋਕ ਕਥਾਵਾਂ ਪਾਠ ਦੇ ਆਧਾਰ ਤੇ ਦੱਸੋ ਕਿ ਲੋਕ ਕਿੱਤੇ ਅਤੇ ਲੋਕ ਧੰਦੇ ਦੇ ਅਰਥਾਂ ਵਿੱਚ ਮਾਮੂਲੀ ਫਰਕ ਹੈ ਮਤਲਬ ਸਪਸ਼ਟ ਕਰਕੇ ਦੱਸੋ ਠੀਕ ਹੈ ਇਹਦਾ ਆਨਸਰ ਲਿਖਾਂਗੇ ਅਹੀਂ ਲੋਕ ਕਿੱਤੇ ਤੇ ਲੋਕ ਧੰਦੇ ਦੇ ਅਰਥਾਂ ਵਿੱਚ ਕੋਈ ਜ਼ਿਆਦਾ ਅੰਤਰ ਨਹੀਂ ਹੁੰਦਾ ਧੰਦਾ ਅਜਿਹਾ ਕਿੱਤੇ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਧਨ ਪ੍ਰਾਪਤ ਹੁੰਦਾ ਹੈ ਤੰਦੇ ਵਿੱਚ ਕਿਸੇ ਵੀ ਕਿਰਤਦਾਨ ਰਮਾਨ ਨਹੀਂ ਹੁੰਦਾ ਜਿਵੇਂ ਕਿ ਵਿਪਾਰ ਹੈਗਾ ਵਿਪਾਰ ਔਰ ਸ਼ਹੁਕਾਰੀ ਤੇ ਦਲਾਲੀ ਠੀਕ ਹੈ ਤੰਦੇ ਨੂੰ ਕਿੱਤੇ ਦੇ ਮੁਕਾਬਲੇ ਘਟਸਤੀ ਕਰ ਦਿੱਤਾ ਜਾਂਦਾ ਹੈ ਤੰਦੇ ਨੂੰ ਅਨਚਾਹ ਕੰਮ ਗੁੰਜਲਦਾਰ ਤੇ ਔਖਾ ਕੰਮ ਵੀ ਕਿਹਾ ਜਾ ਸਕਦਾ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਸਾਡਾ ਅਗਲੇ ਕੁਐਸਚਨ ਹੈ ਜਿਸ ਦਾ ਬੇਟਾ ਸਾਡਾ ਤੀਜਾ ਕੁਐਸਚਨ ਹੈ ਲੋਕ ਕਿੱਤੇ ਦੀ ਵਿਸ਼ੇਸ਼ਤਾ ਕੀ ਹੈ ਲੋਹਾਰ ਤੇ ਤਰਖਾਨ ਵੱਲੋਂ ਬਣਾਏ ਜਾਂਦੇ ਸ਼ੰਦਾਂ ਦੇ ਨਾਮ ਲਿਖੋ ਜਾਂ ਇਹ ਕੁਸ਼ਣ ਤੇ ਇੱਕ ਜਿਹੜਾ ਸਾਡਾ 5ਵਾਂ ਹੈ ਨਾ ਉਹ ਦੋਨਾਂ ਕੁਸ਼ਣਾ ਦਾ ਜਿਹੜਾ ਅਸੀਂ ਇੱਕ ਆਨਸਰ ਲਿਖ ਸਕਦੇ ਹਾਂ ਮਤਲਬ ਜੇ ਤੁਹਾਨੂੰ ਤੀਜਾ ਕੁਸ਼ਣ ਆ ਜਾਏ ਫਿਰ ਵੀ ਤੁਸੀਂ ਆਹ ਨੀਚੇ ਵਾਲਾ ਆਨਸਰ ਲਿਖ ਸਕਦੇ ਹੋ ਤੇ ਜੇ ਪੰਜਵਾਂ ਕੁਸ਼ਣ ਆਏ ਫਿਰ ਵੀ ਤੁਸੀਂ ਆਹ ਨੀਚੇ ਵਾਲਾ ਆਨਸਰ ਲਿਖ ਸਕਦੇ ਹੋ ਮਤਲਬ ਦੋ ਚਾਰ ਕੁਸ਼ਣ ਹੈ ਇੱਕ ਆਨਸਰ ਨਾਲ ਕੰਪਲੀਟ ਹੋ ਜਾਣਗੇ ਜਿਸ ਸਾਡਾ 5ਵਾਂ ਕੁਸ਼ਣ ਹੈ ਲੋਕ ਕਿਤੇ ਦੀ ਕੀ ਵਿਸ਼ੇਸ਼ਤਾ ਹੈ ਉਦਾਹਰਨ ਸਹਿਤ ਦੱਸੋ ਤੇ ਬੇਟਾ ਇਹ ਧਿਆਨ ਨਾਲ ਪੜ੍ਹ ਲੈਣੇ ਆ ਇਹ ਹੈਗਾ ਜੇ ਉੱਤਰ ਕੀ ਲੋਕ ਕਿਤੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਸੱਭਿਆਚਾਰ ਤੇ ਸਮਾਜ ਵਿੱਚ ਰਹਿ ਰਹਿ ਲੋਕਾਂ ਜਾਂ ਮਨੁੱਖ ਲਈ ਬਹੁਤ ਜ਼ਰੂਰੀ ਹੈ ਬੇਟਾ ਜਿਹੜੇ ਸਮਾਜ ਵਿੱਚ ਅਸੀਂ ਰਹ ਰਹੇ ਆਂ ਤੁਹਾਨੂੰ ਕੰਮ ਦੀ ਜ਼ਰੂਰਤ ਪੈਂਦੀ ਹੈ ਬੇਟਾ ਤੇ ਕੰਮ ਕਰਾਂਗੇ ਫੇਰੇ ਹੀ ਆਪਣਾ ਆਪ ਜਾਂ ਆਪਣਾ ਪਰਿਵਾਰ ਨੂੰ ਪਾਲਾਂਗੇ ਠੀਕ ਹੈ ਤੇ ਇਸ ਕਰਕੇ ਕੀ ਹੈ ਬਹੁਤ ਹੀ ਜ਼ਰੂਰੀ ਹੁੰਦਾ ਹੈ ਜਿਵੇਂ ਖੇਤੀ ਤੇ ਘਰ ਦੇ ਕੰਮ ਲਈ ਜਿੰਨਾ ਚੀਜ਼ਾਂ ਦੀ ਲੋੜ ਹੁੰਦੀ ਹੈ ਉਹ ਅਸੀਂ ਤਰਖਾਨ ਤੇ ਲੋਹਾਰ ਤੋਂ ਬਣਾਉਂਦੇ ਹਾਂ ਜਿਵੇਂ ਤਰਖਾਨ ਖੇਤੀ ਲਈ ਗੱਡਾ ਸੁਹਾਗਾ ਹਾਲ ਪੰਜਾਲੀ ਦਾਤਰੀ ਕਈ ਆਦੀ ਤੇ ਘਰੇਲੂ ਕੰਮਾਂ ਜਾਂ ਘਰੇਲੂ ਲੋੜਾਂ ਲਈ ਮੰਜਾ ਪੀੜੀ ਬਧਾਨੀ ਸੰਦੂਕ ਪੰਘੂੜੇ ਆਦੀ ਬਣਾਉਂਦੇ ਹਨ ਇਸੇ ਤਰ੍ਹਾਂ ਸੁੰਨਿਆਰਾ ਇਸਤਰੀਆਂ ਤੇ ਮਨੁਸ਼ਿਆ ਮਤਲਬ ਆਦਮੀਆਂ ਦਾ ਇਸਤਰੀਆਂ ਤੇ ਮਤਲਬ ਲੇਡੀਜ਼ ਤੇ ਜੈਂਸ ਆਦਮੀਆਂ ਲਈ ਗਹਿਣੇ ਤੇਲੀ ਤੇਲ ਕੱਢਣ ਦਾ ਮੋਚੀ ਜੁੱਤੀਆਂ ਬਣਾਉਂਦਾ ਜੁਲਾਹਾ ਕੱਪੜੇ ਬੁਣਨ ਦਾ ਕੰਮ ਕਰਦਾ ਕਰਦੇ ਹਨ ਇਹ ਕਿਤੇ ਵੱਡੇ ਛੋਟੇ ਬੰਦੇ ਲਈ ਬਹੁਤ ਜ਼ਰੂਰੀ ਤੇ ਲਾਹੇਮੰਦ ਹਨ ਇਹ ਹੀ ਲੋਕ ਕਿਤੇ ਦੀ ਵਿਸ਼ੇਸ਼ਤਾ ਹੈ ਬੇਟਾ ਵੇਖੋ ਇੱਕ ਹਰ ਜਿਹੇ ਸੰਸਾਰ ਉਹਦੇ ਵਿੱਚ ਅਸੀਂ ਇੱਕ ਦੂਜੇ ਤੇ ਡਿਪੈਂਡ ਹੈ ਗਿਆ ਜਿਸਾ ਕੋਈ ਮੋਚੀ ਆ ਹਨ ਨੂੰ ਚੱਪਲ ਦੀ ਜ਼ਰੂਰਤ ਪੈਂਦੀ ਹੈ ਜੁੱਤੀ ਦੀ ਜ਼ਰੂਰਤ ਪੈਂਦੀ ਹੈ ਤੇ ਮੋਚੀ ਕੋ ਗਢਾਉਂਦੇ ਆ ਤੇ ਦੁਕਾਨਾਂ ਤੇ ਹੁਣ ਹਰ ਇੱਕ ਚੀਜ਼ ਹਰ ਇੱਕ ਫੈਸਿਲਿਟੀ ਆਪਣੇ ਘਰ ਵਿੱਚ ਤੇ ਨਹੀਂ ਹੁੰਦੀ ਹਨਾ ਜਿਸਾ ਕੱਪੜੇ ਵਾਸਤੇ ਹਨ ਕੱਪੜੇ ਵਾਲੀ ਦੁਕਾਨ ਤੇ ਜਾਂਦੇ ਆ ਖਾਣ ਪੀਣ ਵਾਲਾ ਸਮਾਨ ਲੈਣ ਵਾਸਤੇ ਕਿਰੀਆਨੀ ਦੀ ਦੁਕਾਨ ਤੇ ਜਾਂਦੇ ਆ ਤੇ ਇਸ ਕਰਕੇ ਜਿਹੜਾ ਲੋਕ ਕਿਤੇ ਨੇ ਇਹ ਤਾਂ ਬਹੁਤ ਹੀ ਜ਼ਰੂਰੀ ਹੈ ਆਪਣਾ ਜੀਵਨ ਨਿਰਵਾਹ ਕਰਨ ਵਾਸਤੇ ਠੀਕ ਹੈ ਬੇਟਾ ਜੀ ਅੱਗੇ ਸਾਡਾ ਚੌਥਾ ਕੁਐਸਚਨ ਹੈ ਕਿ ਸੁਨਿਆਰੇ ਅਨੇਕ ਪ੍ਰਕਾਰ ਦੀ ਬਣਕੀ ਦੇ ਗਹਿਣੇ ਬਣਾਉਂਦੇ ਹੈ ਬਣਾਉਂਦਾ ਹੈ ਪਾਠ ਦੇ ਅਧਾਰ ਤੇ ਦੱਸੋ ਕਿ ਉਹ ਮਰਦਾਨੇ ਤੇ ਇਸਤਰੀਆਂ ਦੇ ਕਿਹੜੇ ਕਿਹੜੇ ਗਹਿਣੇ ਬਣਾਉਂਦਾ ਹੈ ਠੀਕ ਹੈ ਬੇਟਾ ਜੀ ਤੁਹਾਡਾ ਇਹਦੇ ਵਿੱਚ ਪਹਿਲਾ ਪੁਆਇੰਟ ਆਏਗਾ ਸਿਰ ਤੇ ਮੱਥੇ ਉੱਤੇ ਪਹਿਨੇ ਜਾਣ ਵਾਲੇ ਜਿਸ ਤਰ੍ਹਾਂ ਕਿ ਕਲਿੱਪ ਐ ਸੂਈਆਂ ਐ ਸੱਜੀ ਫੁੱਲ ਐ ਠੂਠੀਆਂ ਐ ਦੌਣੀ ਐ ਦੌਣੀ ਟਿੱਕਾ ਕਹਿੰਦੇ ਨਾ ਸ਼ਿੰਗਾਰ ਪੱਟੀ ਐ ਠੀਕ ਹੈ ਸਿਰ ਤੇ ਲਾਉਣ ਵਾਲੇ ਨੇ ਤੇ ਅੱਗੇ ਕੰਨਾਂ ਵਿੱਚ ਪਹਿਨੇ ਜਾਣ ਵਾਲੇ ਜਿਸ ਤਰ੍ਹਾਂ ਕਿ ਵਾਲੀਆਂ ਐ ਕਾਂਟੇ ਐ ਪਿੱਪਲ ਐ ਪੱਤੀਆਂ ਡੇਰੂ ਐ ਚੁੰਮਕੇ ਨੇ ਬੁੰਦੇ ਨੇ ਰੇਲਾ ਡੰਡੀਆਂ ਲੋਟਣ ਕੋਕਰੂ ਤੇ ਕੇਰੀਲੂ ਆਦਿ ਠੀਕ ਹੈ ਇਸ ਤੋਂ ਬਾਅਦ ਹੈਗਾ ਸਾਡਾ ਕੰਨ ਵਿੱਚ ਕੰਨ ਵਿੰਨ ਕੇ ਪਾਏ ਜਾਣ ਵਾਲੇ ਗਿਆਨੇ ਕਿਹੜੇ ਨਾਤੋਗੀ ਤੇ ਇਹ ਹੈਗੀ ਬਟ ਇਹ ਹੈਗਾ ਡਾ ਬੁਲਾਕ ਠੀਕ ਹੈ ਨਾਥੇ ਕੀ ਹੈ ਬੁਲਾਕ ਹੈਗਾ ਤੇ ਲੋង ਕੋਕਾ ਤਿਲੀ ਵਾਲਾ ਬੇਸਰ ਡੁੱਕਰਾ ਆਦੀ ਠੀਕ ਹੈ ਅੱਗੇ ਹੈਗਾ ਬਟਾ ਜੀ ਗਰਦਨ ਦੁਆਲਾ ਪਾਏ ਜਾਣ ਵਾਲੇ ਜਿਹੜੇ ਗਰਦਨ ਵਿੱਚ ਮਤਲਬ ਆਪਣੀ ਨੈਕ ਵਿੱਚ ਪਾਉਂਦੇ ਆ ਜਿਹੜੇ ਹਨ ਉਹ ਕਿਹੜੇ ਕਹਨੇ ਨੇ ਜਿਸਾ ਕਿ ਹਾਸਾ ਦਾਖਾ ਹੈ ਰਾਣੀ ਹਾਰ ਹੈ ਤੇ ਤਵੀਜ਼ ਹੈ ਚੰਪਾ ਕਲੀ ਸੋਕਨ ਮੋਹਰਾ ਗਾਂਢੀ ਜੰਜੀਰਾ ਤੇ ਮੱਖੀ ਜੁਗਨੀ ਹਮੇਲ ਬੁਕਤियां ਆਦੀ ਠੀਕ ਹੈ ਅਗੇ ਵੀਨੀ ਤੇ ਬਾਹਾਂ ਵਿੱਚ ਪਾਏ ਜਾਣ ਵਾਲੇ ਗਹਿਣੇ ਕਿਹੜੇ ਬੇਟਾ ਅਹਾਂਗੇ ਗੋਖੜ ਤੇ ਪਰਿਬੰਧ ਗਜਰੇ ਚੂੜੀਆਂ ਬਾਜੂਬੰਦ ਕੰਗਨ ਵੰਗਾ ਬਾਕਾ ਕਲੀਰੇ ਆਦੀ ਠੀਕ ਹੈ ਤੇ ਸਾਡਾ ਛੇਵਾਂ ਪੁਆਇੰਟ ਆ ਉਂਗਲਾਂ ਵਿੱਚ ਪਾਏ ਜਾਣ ਵਾਲੇ ਗਹਿਣੇ ਕਿਹੜੇ ਨੇ ਬੱਚੇ ਮੰਦਰੀ ਹੋਗੀ ਛਾਪ ਕਲੀਚੜੀ ਤੇ ਆਰਸੀ ਆਦੀ ਠੀਕ ਹੈ ਹੁਣ ਸੁਣਿਆ ਜਿਹੜੇ ਮਰਦਾਂ ਵਾਸਤੇ ਕਿਹੜੇ ਗਿਆਨੇ ਬਣਾਉਂਦੇ ਨੇ ਉਹਨਾਂ ਦਾ ਜ਼ਿਕਰ ਕਰਾਂਗੇ ਜਿ세 ਮਰਦਾਂ ਕੜਾ ਪਾਉਂਦੇ ਨੇ ਮੁੰਦਰੀ ਔਰ ਕੈਂਠਾ ਆਦਿ ਠੀਕ ਹੈ ਬੇਟਾ ਇਸ ਤਰ੍ਹਾਂ ਅਸੀਂ ਆ ਜਿਹੜੇ ਤੁਹਾਡੇ ਲੌਂਗ ਕੁਐਸਚਨ ਆਨਸਰ ਹੈ ਨਾ ਇਹ ਅਸੀਂ ਥੋੜੇ ਥੋੜੇ ਕਰਾਂਗੇ ਜਿ세 ਇੱਕ ਵੀਡੀਓ ਵਿੱਚ ਮੈਂ 5-6 ਪਾਵਾਂਗੀ ਤੇ ਨੈਕਸਟ ਵੀਡੀਓ ਵਿੱਚ ਇਹਦੇ ਟੋਟਲ 11 ਹੈਗੇ ਬੱਚੇ ਤੇ ਬਾਕੀ ਅਹੀ ਜਿਹੜੇ ਨੈਕਸਟ ਵੀਡੀਓ ਵਿੱਚ ਡਿਸਕਸ ਕਰਾਂਗੇ ਤੁਹਾਨੂੰ ਮੈਂ ਨੋਟਸ ਬਣਾ ਕੇ ਦੇ ਦਾਂਗੀ ਤਾਂ ਜੋ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਪੂਰੇ ਸਪੈਲਿੰਗ ਅੱਛੀ ਤਰ੍ਹਾਂ ਸਾਰਾ ਸਮਝ ਆ ਜਾਏ ਠੀਕ ਹੈ ਬੇਟਾ ਤੇ ਨੈਕਸਟ ਵੀਡੀਓ ਵਿੱਚ ਮਿਲਦੇ ਆ ਟੇਕ ਕੇਅਰ